ਸਤਿ ਸ਼੍ਰੀ ਅਕਾਲ ਅਜੀ ਫੈਕਟਰੀ ਦੇ ਦਰਸ਼ਕਾਂ ਦਾ ਜੈਕਾ ਪ੍ਰੋਗਰਾਮ ਵਿੱਚ ਸਵਾਗਤ ਹੈ। ਹਾਂਜੀ, ਤੁਸੀਂ ਵੇਟ ਘਟਾਉਣਾ ਚਾਹੁੰਦੇ ਹੋ, ਠੀਕ ਹੈ, ਬਹੁਤ ਵਧੀਆ, ਅੱਛੀ ਗੱਲ ਹੈ। ਕਈਆਂ ਦੀ ਤੁਸੀਂ ਵੇਟ ਘਟਾਉਣ ਲਈ ਡਾਇਟੀਸ਼ੀਅਨ ਕੋਲ ਜਾਂਦੇ ਹੋ, ਉਹ ਤੁਹਾਨੂੰ ਰੈਸਪੀਜ਼ ਦੱਸ ਦਿੰਦੇ ਨੇ ਵੀ ਇਹ ਰੈਸਪੀਜ਼ ਬਣਾਓ, ਬਟ ਉਹ ਬਣਾਉਣੀਆਂ ਥੋੜ੍ਹੀ ਜਿਹੀ ਡਿਫੀਕਲਟ ਤੁਹਾਨੂੰ ਲੱਗਦੀਆਂ ਨੇ। ਆਪਾਂ ਬੜੇ ਸਿੰਪਲ ਜਿਹੇ ਤਰੀਕੇ ਦੇ ਨਾਲ ਉਹ ਰੈਸਪੀਜ਼ ਬਣਾਵਾਂਗੇ ਅਤੇ ਆਪਾਂ ਇਸ ਹਫ਼ਤੇ ਜਿਹੜਾ ਹੈਗਾ, ਇੱਕ ਮਹੀਨਾ ਹੀ ਕਹਿ ਲਓ, ਹਰ ਹਫ਼ਤੇ ਅਸੀਂ ਤੁਹਾਡੇ ਕੋਲ ਵੇਟ ਲੋਸ ਦੀ ਰੈਸਪੀ ਜਿਹੜੀ ਲੈ ਕੇ ਆਵਾਂਗੇ। ਫਿਰ ਇੱਕ ਮਹੀਨੇ ਬਾਅਦ ਤੁਸੀਂ ਵੇਟ ਚੈੱਕ ਕਰਨਾ ਕਿਸ ਤਰ੍ਹਾਂ ਦਾ ਤੁਹਾਡਾ ਵੇਟ ਰਿਹਾ। ਅਤੇ ਚਲੋ ਆਓ ਫਿਰ ਕਿਚਨ 'ਚ ਚਲੀਏ ਅਤੇ ਬਣਾਈਏ। ਹੈਲੋ, ਅੱਜ ਫਿਰ ਅਸੀਂ ਇੱਕ ਨਵੀਂ ਰੈਸਪੀ ਲੈ ਕੇ ਤੁਹਾਡੇ ਕੋਲ ਹਾਜ਼ਰ ਹੋ ਗਏ ਹਾਂ। ਲੋ ਫੈਟ ਕੈਲਰੀਜ਼ ਜਿਹੜੀਆਂ ਨੇ, ਉਹਦੇ ਵਿੱਚ ਅਸੀਂ ਅੱਜ ਸਟਫ ਟਮੈਟੋ ਬਣਾਵਾਂਗੇ। ਬੜਾ ਮਜ਼ੇਦਾਰ ਦਾ ਸਨੈਕਸ ਹੈ ਇੱਕ ਤਰ੍ਹਾਂ ਦਾ, ਜਦੋਂ ਮਰਜ਼ੀ ਬਸ ਸਿਰਫ ਇਸਨੂੰ ਕਿਸੇ ਵੀ ਟਾਈਮ ਤੁਸੀਂ ਇਸਨੂੰ ਖਾ ਸਕਦੇ ਹੋ। ਤੇ ਲੋ ਜੀ, ਅਸੀਂ ਗੈਸ ਕਰ ਦਿੱਤੀ ਹੈ ਔਨ, ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਓਲਿਵ ਓਇਲ ਪਾਵਾਂਗੇ, ਥੋੜਾ ਜਿਹਾ, ਜ਼ਿਆਦਾ ਵੀ ਨਹੀਂ, ਸਿਰਫ ਥੋੜਾ ਜਿਹਾ। ਤੇ ਨਾਲ ਹੀ ਅਸੀਂ ਇਹਦੇ ਵਿੱਚ ਥੋੜੇ ਜਿਹੇ ਜਿਹੜੇ ਹੈਗੇ ਪਿਆਜ਼ ਪਾਵਾਂਗੇ। ਹਾਂਜੀ, ਥੋੜੇ ਜਿਹੇ ਪਿਆਜ਼, ਨਾਲ ਹੀ ਥੋੜਾ ਜਿਹਾ ਇਹਦੇ ਚ ਅਦਰਕ ਤੇ ਨਾਲ ਹੀ ਹਰੀ ਮਿਰਚ ਪਾਵਾਂਗੇ। ਬਸ ਥੋੜਾ ਜਿਹਾ ਪਿੰਕ ਜਿਹਾ ਕਲਰ, ਦੇਖਣਾ ਕਿੰਨੀ ਚਟਪਟ ਦੀ ਰੈਸਪੀ ਤੇ ਖਾਣ ਚ ਵੀ ਮਜ਼ੇਦਾਰ ਤੇ ਬਣਾਉਣ ਚ ਸਭ ਤੋਂ ਹੀ ਆਸਾਨ ਤੇ ਦੇਖਣ ਚ ਇੰਨਾ ਕੁ ਵਧੀਆ ਕਿ ਜਿਹੜਾ ਇਸਨੂੰ ਦੇਖ ਲਏਗਾ ਨਾ, ਉਹ ਇੱਕ ਸਕਿੰਟ ਦੇ ਵਿੱਚ ਬਸ ਫਟਾਫਟ ਉਹਦਾ ਦਿਲ ਕਰੇਗਾ ਖਾ ਲਈਏ ਇਹਨੂੰ, ਹੋਰ ਕੁਛ ਨਹੀਂ। ਬਸ ਮਿੰਟਾਂ ਸਕਿੰਟਾਂ ਦੀ ਰੈਸਪੀ, ਦੇਖੋ ਕਿੰਨੀ ਆਸਾਨ ਰੈਸਪੀ ਹੈ। ਤੇ ਨਾਲ ਹੀ ਹੁਣ ਅਸੀਂ ਇਸਦੇ ਵਿੱਚ ਥੋੜੇ ਜਿਹੇ ਅਸੀਂ ਹਲਦੀ ਐਡ ਕਰਾਂਗੇ, ਸਵਾਦ ਅਨੁਸਾਰ ਨਮਕ, ਜੀਰਾ ਪਾਊਡਰ, ਧਨੀਆ ਪਾਊਡਰ, ਥੋੜੀ ਜਿਹੀ ਕਾਲੀ ਮਿਰਚ ਤੇ ਲਾਲ ਮਿਰਚ। ਲੋ ਜੀ, ਬਸ ਹੁਣ ਇਹਨਾਂ ਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ। ਦੇਖੋ ਘਿਓ ਅਸੀਂ ਕਿੰਨਾ ਥੋੜਾ ਜਿਹਾ ਪਾਇਆ, ਬਸ ਇੰਨਾ ਕੁ ਘਿਓ, ਤੇ ਦੇਖ ਲੈਣਾ ਕਿੰਨੇ ਸਾਡੇ ਜਿਹੜੀ ਹੈ ਵਧੀਆ ਵਧੀਆ ਰੈਸਪੀ ਬਣੇਗੀ ਤੇ ਖਾਣ ਚ ਵੀ ਸਵਾਦ। ਲੋ ਜੀ, ਹੁਣ ਅਸੀਂ ਇਸਦੇ ਵਿੱਚ ਜਿਹੜਾ ਪਨੀਰ ਹੈ ਉਹ ਐਡ ਕਰ ਦਿੱਤਾ। ਬਸ ਜਿਸ ਵਿੱਚ ਤੁਸੀਂ ਪਨੀਰ ਦੀ ਭੁਰਜੀ ਬਣਾਉਂਦੇ ਹੋ, ਸਿੰਪਲ ਜੀ ਭੁਰਜੀ, ਥੋੜੇ ਜਿਹੇ ਜਿਹੜਾ ਹੈਗਾ ਘਿਓ ਦੇ ਨਾਲ, ਬਸ ਓਲਿਵ ਓਇਲ ਅਸੀਂ ਐਡ ਕੀਤਾ, ਬੜਾ ਹੀ ਮਜ਼ੇਦਾਰ ਦੀ ਰੈਸਪੀ। ਲੋ ਜੀ, ਬਸ ਮਿੰਟਾ ਮਿੰਟਾ ਪਿਆਜ਼ ਤੇ ਹੁਣ ਅਸੀਂ ਇਸਨੂੰ ਗੈਸ ਮਿੰਟਾ ਦਿੱਤੀ ਹੈ ਬੰਦ ਤੇ ਇਸਨੂੰ ਠੰਡਾ ਹੋਣ ਲਈ ਰੱਖਾਂਗੇ। ਗੈਸ ਫਿਰ ਤੋਂ ਆਨ ਹੋ ਗਈ ਹੈ, ਥੋੜਾ ਜਿਹਾ ਓਲਿਵ ਓਇਲ, ਨਾਲ ਹੀ ਅਸੀਂ ਇਸਦੇ ਵਿੱਚ ਅਦਰਕ ਤੇ ਜਿਹੜੀ ਹੈਗੀ ਹਰੀ ਮਿਰਚ ਪਾਵਾਂਗੇ। ਅੱਛੀ ਤਰ੍ਹਾਂ ਇਸਨੂੰ ਵੀ ਭੁੰਨਾਂਗੇ 2 ਮਿੰਟ ਬਸ। ਨਾਲ ਹੀ ਹੁਣ ਅਸੀਂ ਇਸਦੇ ਵਿੱਚ ਜਿਹੜੇ ਹੈਗੇ ਆ ਥੋੜੇ ਜਿਹੇ ਪਿਆਜ਼ ਆ ਉਹ ਪਾ ਦਾਂਗੇ, ਇੱਕ ਬੜਾ ਪਿਆਜ਼ ਸਾਡੇ ਕੋਲ ਬਹੁਤ ਪੈਕਟ ਆਇਆ, ਅੱਛੀ ਤਰ੍ਹਾਂ ਮਿਕਸ ਕਰਾਂਗੇ। ਸਿਰਫ ਗੁਲਾਬੀ ਜਿਹਾ ਰੰਗ ਆਵੇ ਉਸਦਾ, ਇੰਨਾ ਕਿਵੇਂ ਭੁੰਨਣਾ ਹੈਗਾ, ਕਿਉਂਕਿ ਹੁਣ ਅਸੀਂ ਥੋੜੀ ਜਿਹੀ ਮਿਕਸ ਵੈਜੀਟੇਬਲਸ ਅਸੀਂ ਇਹਦੇ ਵਿੱਚ ਪਾਵਾਂਗੇ, ਪੱਤਾ ਗੋਭੀ, ਗੋਭੀ, ਬਰੋਕਲੀ, ਸ਼ਿਮਲਾ ਮਿਰਚ, ਗਾਜਰ, ਹਾਂਜੀ, ਉਸਦੀ ਵੀ ਭੁਰਜੀ ਬਣਾਵਾਂਗੇ ਅਸੀਂ ਮਿਕਸ ਵੈਜੀਟੇਬਲ ਦੀ। ਸਵਾਦ ਅਨੁਸਾਰ ਇਹਦੇ ਵਿੱਚ ਥੋੜੀ ਜਿਹੀ ਹਲਦੀ, ਸਵਾਦ ਅਨੁਸਾਰ ਨਮਕ, ਬਹੁਤ ਜ਼ਿਆਦਾ ਕਰਾਰਾ ਨਹੀਂ, ਬਸ ਬਹੁਤ ਵਧੀਆ ਰੈਸਪੀ, ਥੋੜੀ ਜਿਹੀ ਲਾਲ ਮਿਰਚ, ਧਨੀਆ ਪਾਊਡਰ, ਜੀਰਾ ਪਾਊਡਰ ਤੇ ਥੋੜੀ ਜਿਹੀ ਜਿਹੜੀ ਹੈਗੀ ਕਾਲੀ ਮਿਰਚ, ਥੋੜ੍ਹਾ ਜਿਹਾ ਬਸ ਚਟਪਟਾ ਜਿਹਾ ਸਵਾਦ ਆਏਗਾ ਇਸਦਾ। ਹਰ ਮਸਾਲੇ ਦਾ ਆਪਣਾ ਹੀ ਸਵਾਦ ਹੁੰਦਾ ਹੈ। ਲੋ ਜੀ, ਹੁਣ ਅਸੀਂ ਇਸਦੇ ਵਿੱਚ ਜਿਹੜੀ ਸਬਜ਼ੀਆਂ ਉਹ ਪਾਵਾਂਗੇ, ਪੱਤਾ ਗੋਭੀ, ਗੋਭੀ, ਬਰੋਕਲੀ ਤੇ ਜਿਹੜੀ ਸ਼ਿਮਲਾ ਮਿਰਚ ਹੈ ਤੇ ਨਾਲੇ ਸਾਡੇ ਕੋਲ ਜਿਹੜੀ ਗਾਜਰ ਹੈ ਉਹ ਅਸੀਂ ਇਹਦੇ ਵਿੱਚ ਐਡ ਕਰਦੇ ਹਾਂ। ਇੰਨੀ ਕੁ ਬਰੀਕ ਹੈ ਸਬਜ਼ੀ ਵੈਸੀ, ਜਿਸ ਇੱਕ ਭੁਰਜੀ ਹੈ ਮਿਕਸ ਵੈਜੀਟੇਬਲ ਦੀ, ਤੇ ਇਸਨੂੰ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਪਕਾਉਣ ਚ, 2 ਤੋਂ 3 ਮਿੰਟ, ਜਦੋਂ ਇਹ ਸਾਹ ਸਾਹ ਦੀ ਆਵਾਜ਼ ਬੰਦ ਹੋ ਜਾਏ ਸਮਝੋ ਸਾਡੀਆਂ ਸਬਜ਼ੀਆਂ ਜਿਹੜੀਆਂ ਸਾਰੀਆਂ ਪੱਕ ਗਈਆਂ। ਲੋ ਗੈਸ ਤੇ ਬਸ ਥੋੜ੍ਹਾ ਜਿਹਾ 2 ਤੋਂ 5 ਮਿੰਟ ਰੱਖਾਂਗੇ, ਇੱਥੇ ਜਿਹੜੀ ਮਿਕਸ ਵਿੱਚ ਸਾਡੀ ਬਣ ਕੇ ਤਿਆਰ ਹੈ, ਉਸ 'ਤੇ ਅਸੀਂ ਥੋੜ੍ਹਾ ਜਿਹਾ ਧਨੀਆ ਪਾਵਾਂਗੇ,
ਨੂੰ ਗੈਸ ਅਸੀਂ ਕਰ ਦਾਂਗੇ ਬੰਦ ਤੇ ਇਹਨੂੰ 5 ਮਿੰਟ ਠੰਡਾ ਹੋਣ ਲਈ ਰੱਖਾਂਗੇ। ਹਾਂਜੀ ਟਮਾਟਰ ਲਿਆ, ਉਸ ਨੂੰ ਉੱਪਰੋਂ ਦੀ ਤੁਸੀਂ ਕੱਟ ਲਓ। ਹਾਂਜੀ ਹੁਣ ਇਸ ਨੂੰ ਸਕੂਪ ਆਊਟ ਕਰਨਾ, ਚਮਚ ਦੇ ਨਾਲ ਤੁਸੀਂ ਲੈ ਲਓ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਲੈ ਕੇ ਇਸ ਨੂੰ ਵਿੱਚੋਂ ਪੂਰਾ ਖਾਲੀ ਕਰ ਲੈਣਾ। ਬਾਅਦ ਚ ਟਮਾਟਰ ਤੁਸੀਂ ਕਿਸੇ ਵੀ ਸਬਜ਼ੀ ਦੇ ਵਿੱਚ ਐਡ ਕਰ ਸਕਦੇ ਹੋ। ਬਸ ਇਸ ਤਰ੍ਹਾਂ ਇਹਨੂੰ ਖਾਲੀ ਕਰ ਲਓ। ਓਲੀਵ ਓਇਲ ਨਾਲ ਹੀ ਅਸੀਂ ਇਸਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਐਡ ਕਰਾਂਗੇ, ਥੋੜਾ ਜਿਹਾ ਕਾਲਾ ਨਮਕ। ਹਾਂਜੀ ਹੁਣ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਾਂਗੇ। ਇਹ ਡਰੈਸਿੰਗ ਸਾਡੀ ਜਿਹੜੀ ਇਹ ਅੱਛੀ ਤਰ੍ਹਾਂ ਤਿਆਰ ਹੋ ਗਈ ਹੈ। ਹੁਣ ਅਸੀਂ ਇਸਨੂੰ ਟਮਾਟਰ ਦੇ ਵਿੱਚ ਜਿਹੜੀ ਹੈਗੀ ਥੋੜੀ ਪੋਰ ਕਰਾਂਗੇ ਤਾਂ ਕਿ ਟਮਾਟਰ ਜਿਹੜਾ ਹੈਗਾ ਅੰਦਰੋਂ ਅੱਛੀ ਤਰ੍ਹਾਂ ਮਸਾਲੇ ਨਾਲ ਮਿਠਵਾ ਹੋ ਜਾਏ। ਹਾਂਜੀ ਯਾਰ ਤੇ ਇਸੇ ਤਰ੍ਹਾਂ ਅਸੀਂ ਸਾਰੇ ਜਿਹੜੇ ਟਮਾਟਰ ਸਾਰੇ ਅਸੀਂ ਇਹਦੇ ਅੰਦਰੋਂ ਜਿਹੜੇ ਹੈਗੇ ਕਰ ਲਾਂਗੇ। ਅੱਛੀ ਤਰ੍ਹਾਂ ਬਰਸ਼ਿੰਗ ਕਰ ਲਓ, ਚਾਹੇ ਤੁਸੀਂ ਇਹਨੂੰ ਚਾਹੇ ਜਿਹੜਾ ਹੈਗਾ ਸਪੂਨ ਦੇ ਨਾਲ ਲਗਾਓ ਚਾਹੇ ਕਿਸੇ ਦੇ ਤਰ੍ਹਾਂ, ਅਸੀਂ ਤਾਂ ਇੱਦਾਂ ਹੀ ਕਰਕੇ ਬਸ ਰੱਖ ਲੈਣਾ ਹੈਗਾ। ਇਸੇ ਤਰ੍ਹਾਂ ਸਾਰੇ ਟਮਾਟਰਾਂ ਦੇ ਵਿੱਚ ਕਰ ਲਓ। ਟਮਾਟਰ ਦੇ ਵਿੱਚ ਹੁਣ ਅੱਛੀ ਤਰ੍ਹਾਂ ਫਿਲਿੰਗ ਕਰਾਂਗੇ ਅਸੀਂ। ਪਹਿਲੇ ਅਸੀਂ ਪਨੀਰ ਦੀ ਕਰਾਂਗੇ ਫਿਲਿੰਗ। ਇਸੇ ਤਰ੍ਹਾਂ ਹੀ ਅਸੀਂ ਜਿਹੜੀ ਹੈਗੀ ਮਿਕਸ ਵੈਜ ਜਿਹੜੀ ਬਣਾਈ ਸੀ ਉਸਦੀ ਫਿਲਿੰਗ ਕਰ ਲਾਂਗੇ। ਕਿੰਨਾ ਵਧੀਆ ਆਪਸ਼ਨ ਹੈ ਸਾਡੇ ਕੋਲ ਕੁਝ ਖਾਣ ਨੂੰ ਦਿਲ ਕਰੇ ਫਟਾਫਟ, ਜ਼ਿਆਦਾ ਸਾਰੀਆਂ ਸਬਜ਼ੀਆਂ ਖਾਣੀਆਂ ਹੁਣ ਬਹੁਤ ਸਾਰੀਆਂ, ਤੇ ਇਸ ਤਰ੍ਹਾਂ ਤੁਸੀਂ ਇਹਨੂੰ ਬਣਾ ਕੇ ਸਾਰੀਆਂ ਸਬਜ਼ੀਆਂ ਦਾ ਆਨੰਦ ਲੈ ਸਕਦੇ ਹੋ। ਇਸ ਤਰ੍ਹਾਂ ਅਸੀਂ ਸਾਰੀਆਂ ਸਬਜ਼ੀਆਂ ਤੇ ਜਿਹੜਾ ਪਨੀਰ ਹੈ ਉਹ ਸਾਰਾ ਅੱਛੀ ਤਰ੍ਹਾਂ ਫਿਲ ਕਰ ਦਾਂਗੇ। ਉੱਪਰੋਂ ਦੀ ਇਹਨਾਂ ਨੂੰ ਬੰਦ ਕਰ ਦਿਓ ਟੋਪ ਤੋਂ। ਹਾਂਜੀ ਇਸ ਤਰ੍ਹਾਂ ਇਹਨੂੰ ਪੈਨ ਦੇ ਵਿੱਚ ਰੱਖੋ, ਜਿਸ ਤਰ੍ਹਾਂ ਮਰਜ਼ੀ ਰੱਖੋ ਆਪਣੇ ਆਪ ਹੀ। ਬਸ ਇਹਨੂੰ ਅਸੀਂ ਹੁਣ ਅੱਛੀ ਤਰ੍ਹਾਂ ਜਿਹੜਾ ਹੈਗਾ ਭੁੰਨਣਾ ਹੈ, ਜਿਹੜਾ ਸੋਫਟ ਹੋ ਜਾਏ ਟਮਾਟਰ ਉਨੀ ਦੇਰ ਤੱਕ। ਦੋ ਤੋਂ ਤਿੰਨ ਟਮਾਟਰ ਜਿਹੜੇ ਹੈਗੇ ਅਸੀਂ ਉਹਨਾਂ ਨੂੰ ਗ੍ਰਿਲ ਵੀ ਕਰਾਂਗੇ। ਜਿਹੜੇ ਇਹਨੂੰ ਪਲਟਣਾ ਵੀ ਆਸਾਨ, ਇੱਦਾਂ ਫੜੋ ਤੇ ਜਿਹੜੀ ਸਾਈਡ ਤੋਂ ਨਹੀਂ ਹੋਇਆ ਉਸ ਸਾਈਡ ਤੇ ਇਹਨੂੰ ਰੱਖ। ਇਸੇ ਕਰਕੇ ਜ਼ਿਆਦਾ ਕੁਛ ਪਿਕਸ ਅਸੀਂ ਲਗਾਈਆਂ, ਆਪਾਂ ਕਿੰਨਾ ਵਧੀਆ ਪੱਕ ਗਿਆ। ਉੱਧਰ ਸਾਡੇ ਜਿਹੜੇ ਗ੍ਰਿਲ ਹੈ ਉਹ ਵੀ ਟਮਾਟਰ ਹੋ ਰਹੇ ਨੇ, ਉਹਨਾਂ ਨੂੰ ਵੀ ਹੌਲੀ ਹੌਲੀ ਥੋੜਾ ਥੋੜਾ ਪਲਟਦੇ ਜਾਓ। ਕੁਛ ਜਿਹੜੇ ਸਟੱਫ ਟਮਾਟਰ ਹੈ ਅਸੀਂ ਉਹਨਾਂ ਨੂੰ ਗ੍ਰਿਲ ਕਰਾਂਗੇ। ਦੇਖੋ ਕਿੰਨੀ ਵਧੀਆ ਆਪਸ਼ਨ ਆ। ਹਾਂ 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 ਹੁਣ ਜਦੋਂ ਬਣ ਕੇ ਤਿਆਰ ਹੋਣਗੇ ਫਿਰ ਤੁਹਾਨੂੰ ਅਸੀਂ ਇਹ ਬਕਾਇਦਾ ਪ੍ਰੀਜੈਂਟ ਕਰਕੇ ਦਿਖਾਵਾਂਗੇ ਸਭ ਦੀ ਮਨਪਸੰਦ ਰੈਸਪੀ। ਆ ਹਾਂ 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 ਦੇਖ ਕੇ ਤਾਂ ਸੱਚੀ ਮੂੰਹ ਚ ਪਾਣੀ ਆ ਰਿਹਾ ਹੈਗਾ, ਤੇ ਖਾਣ ਚ ਵੀ ਦੇਖੋ ਕਿੰਨੀ ਸਵਾਦ ਹੋਏਗੀ। ਕਿੰਨਾ ਵਧੀਆ ਤਰੀਕਾ ਹੈ ਪ੍ਰੋਟੀਨ ਖਿਲਾਉਣ ਦਾ ਤੇ ਵੈਜੀਟੇਬਲ ਜਿਹੜਾ ਖਿਲਾਉਣ ਦਾ, ਬੱਚਿਆਂ ਨੇ ਤੇ ਇਸ ਨੂੰ ਫਟਾਫਟ ਹੀ ਖਾ ਲੈਣਾ ਤੇ ਮੈਨੂੰ ਉਮੀਦ ਹੈ ਤੁਸੀਂ ਵੀ ਇਸ ਨੂੰ ਫਟਾਫਟ ਟਰਾਈ ਕਰੋਗੇ, ਬਣਾਓਗੇ, ਖਾਓਗੇ ਤੇ ਸਾਰਿਆਂ ਨੂੰ ਖਿਲਾਓਗੇ। ਤੇ ਦੇਖੋ ਜੀ ਹੁਣ ਅਸੀਂ ਤੁਹਾਨੂੰ ਡਾਇਟ ਰੈਸਪੀ ਦੱਸ ਦਿੱਤੀ ਹੈ ਤੇ ਹੁਣ ਤੁਸੀਂ ਵੀ ਆਪਣੀ ਡਾਇਟ ਫੋਲੋ ਕਰੋ, ਇਸ ਨੂੰ ਬਣਾਓ ਤੇ ਹੋ ਜਾਓ ਪਤਲੇ। ਬਸ ਹੋਰ ਕੁਛ ਨੀ ਕਰਨਾ ਅਸੀਂ ਤੇ ਬਸ ਰੈਸਪੀਆਂ ਬਣਾਉਂਦੇ ਜਾਓ, ਖਾਂਦੇ ਜਾਓ ਤੇ ਸਾਰਿਆਂ ਨੂੰ ਖਿਲਾਉਂਦੇ ਜਾਓ। ਉਮੀਦ ਹੈ ਤੁਹਾਨੂੰ ਇਹ ਰੈਸਪੀ ਜਰੂਰ ਪਸੰਦ ਆਈਆਂ ਹੋਣੀਆਂ ਤੇ ਜਰੂਰ ਬਣਾਉਣਾ ਤੁਸੀਂ ਜਰੂਰ ਤੇ ਆਪਣਾ ਹੈਲਥ ਦਾ ਵੀ ਧਿਆਨ ਰੱਖਿਆ ਕਰੋ, ਠੀਕ ਹੈ। ਤੇ ਹੁਣ ਸਾਨੂੰ ਦਿਓ ਇਜਾਜ਼ਤ ਤੇ ਅੱਗੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ ਇੱਕ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਵਾਂਗੇ। ਸਰਵਾਨ ਮਿੱਤਰ ਸਤਿਗੁਰੂ ਦਿਓ ਇਜਾਜ਼ਤ, ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਧੰਨਵਾਦ ਤੁਹਾਡਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ।
ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।